ਕਿੱਥੇ ਚੱਲੇ ਆ? ਜੰਨਤ ਚ। ਉਹ ਜਾਨੇ ਇੱਕ ਪਿੰਡ ਕਿਹੜਾ ਲਾਉਂਦੇ ਆ? ਹਾਂ ਕਿਆ ਇਹ ਬਾਤ ਹੈ, ਕਿਆ ਬਾਤ ਹੈ ਬੜਾ ਕਿਆ ਹੋਸਟਲ ਦਾ ਰੋਪੀ ਹੈ ਕੁੜੀ ਦੀ ਰੋ ਕੇ ਲਾਪੀ ਹੁੰਨਾ ਓਏ ਪਹੁੰਚ ਗਏ ਚਲੋ ਚੱਲੀਏ ਹੁਣ ਆਪਾਂ ਮੰਮੀ ਮੈਂ ਪਹੁੰਚ ਗਿਆ ਪਤਾ ਨਹੀਂ ਕਿਹੜੇ ਬੇਅਕਲ ਨੇ ਟੱਚ ਹੀ ਲਾਇਆ ਸਾਰਾ ਤੋੜ ਦਿੱਤਾ ਪਤਾ ਨਹੀਂ ਸੁੱਟਦੇ ਆ ਕਿੱਦਾਂ ਲਾਇਆ ਪਤਾ ਨਹੀਂ ਕਿਹਨੇ ਉਧਰੋਂ ਚੜਾਇਆ ਕਿ ਪਤਾ ਨਹੀਂ ਕੀ ਕੀਤਾ ਅਕਲ ਹੀ ਨਹੀਂ ਹੈਗੀ ਸੁੱਟਦੇ ਆ ਸਾਰਾ ਦੇਖੋ ਕੋਈ ਗੱਲ ਹੋਈ ਹੈ ਤਾਂ ਕਰਕੇ ਬੋਲਣ ਦੀ ਆ ਤੇ ਨਾਲੇ ਹੁਣ ਬਸ ਕਿਤੇ ਨਹੀਂ ਬਖਸ਼ਦੇ ਕਿਤੇ ਨਹੀਂ ਤੇ ਆਪਾਂ ਵੀ ਕਿਤੇ ਨਹੀਂ ਬਖਸ਼ਦੇ ਭਾਵੇਂ ਹੋਵੇ ਮਾਲ ਭਾਵੇਂ ਹੋਵੇ ਜਹਾਜ਼ ਤੇ ਭਾਵੇਂ ਹੋਵੇ ਏਅਰਪੋਰਟ ਤੇ ਭਾਵੇਂ ਹੋਵੇ ਟ੍ਰੇਨ ਤੇ ਭਾਵੇਂ ਹੋਵੇ ਪੈਦਲ ਸੋਚ ਕੇ ਬੋਲਿਆ ਕਰੋ ਕਿਉਂਕਿ ਜੇ ਤੁਹਾਡੀ ਜ਼ਬਾਨ ਐਡੀ ਹੈ ਨਾ ਸਾਡੀ ਐਡੀ ਹੈ ਓਹੋ ਸਨੇਹਾ ਕਿੱਦਾਂ ਦਾ ਫੀਲ ਹੋ ਰਿਹਾ ਇੱਕ ਮਿੰਟ ਰੁਕ ਜਾ ਹਾਏ ਓਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਈ YouTube ਚੈਨਲ ਹੋਪ ਕਰਦੇ ਕਿ ਤੁਸੀਂ ਸਾਰੇ ਨੇ ਕੈਂਟ ਹੋਵੋਗੇ ਤੇ ਅੱਜ ਆਪਾਂ ਤਾਂ ਬਹੁਤ ਹੀ ਕੈਂਟ ਆ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਦਿਨਾਂ ਬਾਅਦ ਸਾਨੂੰ ਦੇਖਿਆ ਹੋਊਗਾ ਇੰਨੇ ਖੁਸ਼ ਕਿ ਆਪਾਂ ਵਲੌਗ ਦੀ ਸੈਟਿੰਗ 'ਚ ਇੰਨੇ ਜ਼ਿਆਦਾ ਖੁਸ਼ ਆ ਕਿਉਂਕਿ ਅੱਜ ਸਾਨੂੰ ਦਿਨ ਲੱਗ ਰਿਹਾ ਜੰਨਤ ਅੱਜ ਆਪਾਂ ਫਾਈਨਲੀ ਚੱਲੇ ਆ ਸਾਡੀ ਫਲਾਈਟ ਹੈਗੀ ਆ ਤੇ ਆਪਾਂ ਬਸ ਨਿਕਲਣ ਲੱਗੇ ਆ ਹੁਣ ਸਨੇਹਾ ਨੂੰ ਆਪਾਂ ਰਸਤੇ ਤੋਂ ਪਿੱਕ ਕਰਾਂਗੇ ਤੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਵਲੌਗ ਨਾਲ ਤੱਕ ਜੁੜੇ ਰਹੋ ਆਪਾਂ ਬੜੀ ਜਲਦੀ ਚਾਹ ਕਿਉਂਕਿ ਆਪਾਂ ਲੇਟ ਹੋ ਰਹੇ ਹਾਂ ਸੋ ਆਪਣੀ ਏਅਰਪੋਰਟ ਵਾਲੀ ਆਊਟਫਿਟ ਇਹੀ ਸੀਗੀ ਤੇ ਆਪਾਂ ਤੁਹਾਨੂੰ ਉਦੋਂ ਦੱਸਿਆ ਨਹੀਂ ਸੀਗਾ ਜਦੋਂ ਸ਼ਾਪਿੰਗ ਕੀਤੀ ਸੀਗੀ ਤੇ ਆਪਣੀ ਇਹੀ ਆਊਟਫਿਟ ਆ ਕੰਫਰਟੇਬਲ ਜਿਹੇ ਕੱਪੜੇ ਪਾਏ ਆ ਬਿਕੋਜ਼ ਤੁਹਾਨੂੰ ਪਤਾ 16 ਘੰਟੇ ਦੀ ਫਲਾਈਟ ਆ ਤੇ ਡਾਇਰੈਕਟ ਫਲਾਈਟ ਆ ਸਟੋਪ ਵੀ ਨਹੀਂ ਹੈਗਾ ਤੇ ਅੱਜ ਦੇ ਵਲੌਗ ਨਾਲ ਤੱਕ ਜੁੜੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਉਬਰ ਵੀ ਆਉਣ ਵਾਲੀ ਆ ਤੇ ਆਪਾਂ ਹੁਣ ਨਿਕਲਦੇ ਆ ਆਹੀ ਸਾਰੇ ਆਪਣੇ ਲਗੇਜ ਆ ਚੱਕ ਲਾਂਗੇ ਯਾਰ ਸਿਰਫ ਤਿੰਨ ਬਾਕੀ ਆ ਜਿਹੜੇ ਆ ਇੱਕ ਦੋ ਆ ਤਿੰਨ ਮੈਂ ਚੱਕ ਲਾਂਗਾ ਬਾਕੀ ਉਹ ਤਿੰਨ ਤੂੰ ਚੁੱਕ ਲਈ ਡਨ ਚੁੱਪ ਕਰ ਜਾ ਕੇਕ ਦੀ ਹੁਣੇ ਪੈ ਗਈ ਆਪਾਂ ਪਹੁੰਚੇ ਨੀ ਹਲੇ ਬੁੱਕ ਕਰਾਣਾ ਨਾ ਮੈਂ ਤਿਆਰ ਕਰਾਉਣਾ ਉਹਨੂੰ 24 ਘੰਟੇ ਪਹਿਲਾਂ ਦੱਸ ਦੇਵਾਂਗੇ ਪਤਾ ਨੀ ਮੈਨੂੰ ਯਾਰ ਕਿਉਂਕਿ ਆਂਟੀ ਦਾ ਹੈਗਾ ਬਰਥਡੇ ਹਾਂ ਕਿਲੋ ਦਾ ਕਰਾ ਲਾ ਆਪਾਂ ਸਰਪ੍ਰਾਈਜ਼ ਵੀ ਦੇਣਾਵਾ ਗੱਲਾਂ ਘੱਟ ਕਰੋ ਬੈਗ ਏਦਾਂ ਲੈ ਕੇ ਜਿੱਦਾਂ ਪਰਮਾਨੈਂਟ ਚੱਲੇ ਹੁੰਦੇ ਹੈ ਯਾਰ ਤੇਰੇ ਮੂੰਹ ਤੋਂ ਨਿਕਲ ਜਾਂਦਾ ਯਾਰ ਸ਼ਿਟ ਜਿਹੜੀ ਅੱਜ ਖੁਸ਼ੀ ਹੋ ਰਹੀ ਹੈ ਨਾ ਏਅਰਪੋਰਟ ਆਉਣ ਦੀ ਉਹ ਵੱਖਰੀ ਆ ਸਹੀ ਗੱਲ ਆ ਫੜ ਸਨੇਹਾ ਬੈਗ ਆਪਣੇ ਇਹਦੇ ਪਾ ਗਿਆ ਆ ਲੋ ਜੀ ਇੰਜਰ ਆ ਫੜ ਟਰੋਲੀ ਕਿੱਥੇ ਆ ਉਹ ਭਈ ਜਾ ਲੈ ਗਿਆ ਜਾ ਸਨੇਹਾ ਲੈ ਗਿਆ ਮੇਰੀ ਵੀ ਲੈ ਆਇਓ ਆਇਓ ਇੱਕ ਤੇ ਆ ਸਨੈਪਚੈਟ ਨਹੀਂ ਛੱਡਦੀ ਮੈਂ ਕਿ ਸਨੈਪਚੈਟ ਵੀ ਬਣਾ ਲਈ ਕੀ ਬਾਤ ਹੈ ਸਨੇਹਾ ਫੋਨ ਛੱਡ ਦੇ ਇਹਨੂੰ ਰੇਡ ਦਾ ਪੱਲਾ ਚਲੋ ਤੇ ਤੂੰ ਵੀ ਰੇਡ ਜਾਣੇ ਨਾਲ ਇਹਦੇ ਚਲੋ ਚੱਲੀਏ ਹੁਣ ਉਹ ਆਇਓ ਅੱਗੇ ਲਾਈਨ ਵੇਖ ਲਓ ਖੁਸ਼ ਬਹੁਤ ਜ਼ਿਆਦੀ ਉਧਰ ਵੇਖ ਅੱਜ ਉਹ ਰੋਂਦੀ ਨਹੀਂ ਪਈ ਖੁਸ਼ੀਆਂ ਦਾ ਮਾਹੌਲ ਆ ਅੱਜ ਸਮਾਈਲ ਹੀ ਨਹੀਂ ਜਾ ਰਹੀ ਫਿਰ ਬੋਰਡਿੰਗ ਪਾਸ ਮਿਲ ਗਿਆ ਯੈਸ ਹੁਣ ਆਪਾਂ ਚੱਲੇ ਆ ਗੇਟ ਨੰਬਰ 20 ਤੇ ਸਨੇਹਾ ਦੇ ਅੱਜ ਪੈਰ ਨਹੀਂ ਲੱਗਣ ਦੇ ਭੁੰਜੇ ਆ ਕਹਿੰਦੀ ਪਈ ਆ ਸਨੇਹਾ ਕਹਿੰਦੀ ਆਪਾਂ ਦਿੱਲੀ 에어ਪੋਰਟ ਤੇ ਜਾ ਕੇ ਨਾ ਉਧਰ ਚਲੋ ਕਿੱਥੇ ਜਾਈਂਦੇ ਜੀ ਤੁਹਾਨੂੰ ਪਤਾ ਨਹੀਂ ਕਿੰਨਾ ਚਿਰ ਨਹੀਂ ਲੱਗਣੇ ਆ ਫੜੋ ਆਪਣੀ ਬੋਰਡਿੰਗ ਪਾਸ ਪੈਕਿੰਗ ਹੋ ਗਈ ਆਪਣੀ ਡਨ ਜਿਹੜੇ ਸਾਡੇ ਕਈ ਕਿਲੋ ਵਾਲੇ ਸੀਗੇ
ਉਹ ਵੀ ਆਪਾਂ ਦੇ ਦਿੱਤੇ ਆ ਤੇ ਜਿਹੜੀ ਇਹਨਾਂ ਦੀ ਚੈਕਿੰਗ ਸੀ ਉਹ ਵੀ ਹੋ ਗਈ ਆ ਤੇ ਬਾਕੀ ਸਾਡੇ ਕੋਲ ਟਿਕਟ ਵਗੈਰਾ ਕੁਛ ਨਹੀਂ ਮੰਗੀ ਜਸਟ ਪਾਸਪੋਰਟ ਦੇਖਿਆ ਅਸੀਂ ਬੋਰਡਿੰਗ ਪਾਸ ਦੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਪਈ ਆ ਵੈਸੇ ਜਦੋਂ ਦੀ ਮੈਂ ਕੈਨੇਡਾ ਆਈ ਹਾਂ ਨਾ ਮੈਂ 4-5 ਵਜੇ ਏਅਰਪੋਰਟ ਆ ਚੁੱਕੀ ਹਾਂ ਕਿਉਂਕਿ ਮੈਂ ਕਿਸੇ ਨਾ ਕਿਸੇ ਨੂੰ ਲੈਣ ਆਉਂਦੀ ਸੀਗੀ ਪਰ ਜਿਹੜੀ ਮੈਨੂੰ ਅੱਜ ਖੁਸ਼ੀ ਹੋ ਰਹੀ ਆ ਨਾ ਇਹ ਮੈਨੂੰ ਉਹ ਦਿਨ ਵਾਲੀ ਖੁਸ਼ੀ ਹੋ ਰਹੀ ਆ ਜਦੋਂ ਮੈਂ ਤੁਹਾਨੂੰ ਨਹੀਂ ਲੈਣ ਆਈ ਤੁਸੀਂ ਜਦੋਂ ਆਏ ਸੀ ਪਰ ਉਹਦੇ ਨਾਲੋਂ ਵੀ ਦੁੱਗਣੀ ਮੈਨੂੰ ਅੱਜ ਹੋ ਰਹੀ ਆ ਕਿ ਆਪਾਂ ਜਾ ਰਹੇ ਹਾਂ ਹਾਂ ਉਹ ਬਿਜ਼ੀ ਆ ਰੇਹੂ ਰੇਹੂ ਕਿ ਉਹਦੇ ਨਾ ਮੰਮਾ ਦਾ ਬਰਥਡੇ ਆ ਤੇ ਉਹ ਆਂਟੀ ਵਾਸਤੇ ਨਾ ਸਾਰਾ ਕੁਝ ਕੇਕ ਵਗੈਰਾ ਅਰੇਂਜ ਕਰਾ ਰਹੀ ਆ ਹੋ ਗਿਆ ਕੇਕ ਅਰੇਂਜ ਹਾਂ ਕੇਕ ਡਨ स्नेहा मेरी गल सुन थोड़ा होली बोलिया कर बहुत तेज बोलदी चल चल अगे वेख मामे खलोते तेरे चल सीधा जाना ठीक है इधर इधर नहीं मुड़ना खाते खाली याद रखेंगी एयरपोर्ट बहुत सोहना वैसे मैं एयरपोर्ट सोहना वा एयरपोर्ट सोहना गा अज कहती अज सोहना लगना है जगह दो मेनू जान दी बोली बोली दोनों जो रल जांदियां ना मेनू पिछे छड्ड दिंदियां वा मैं हमेशा कल्ला रह जांदा ਇਕੱਠੀਆਂ ਤੁਰਦੀਆਂ ਕੋਈ ਚੱਕਰ ਨਹੀਂ ਮੈਨੂੰ ਪਿੱਛੇ ਛੱਡੀ ਜਾਓ ਤੁਸੀਂ ਕੋਈ ਨਾ ਭੱਜੇ ਜਾਂਦੇ ਤੁਸੀਂ ਸਾਰੇ ਆਪੇ ਕਹਿੰਦੇ ਮੈਨੂੰ ਅੱਗੇ ਆ ਲਓ ਮੈਂ ਰਹਿ ਦੇ ਮੈਂ ਪਿੱਛੇ ਠੀਕ ਆ ਹੁਣ ਆਪਾਂ ਆਲਮੋਸਟ ਵੇਲੇ ਆ ਕਿਉਂਕਿ ਆਪਣੀ ਸਿਕਿਉਰਿਟੀ ਵਗੈਰਾ ਵੀ ਹੋ ਗਿਆ ਉਹ ਉਧਰ ਦੌੜੀ ਜਾਂਦੀ ਆ ਇਹਨੂੰ ਤੇ ਇਦਾਂ ਲੱਗਣ ਡਿਆ ਬਸ ਇਧਰੋਂ ਦੀ ਸਿੱਧਾ ਕੁਝ ਮਿਲ ਜਾਣਾ ਕਿ ਚੱਲ ਹੀ ਜਾਣਾ ਬਸ ਇੰਡੀਆ 10 ਮਿੰਟਾਂ 'ਚ ਪਹੁੰਚ ਜਾਣਾ ਇਹਨੂੰ ਛੱਡ ਕੇ ਆਇਆ ਨਾ ਬਸ ਛੁੱਟ ਕੇ ਆਣਾ ਇਹਨੂੰ ਜਾਇ ਜਾ ਕੇ ਛੋੜ ਦੇ ਮੈਂ ਚੱਲੂਗੀ ਜਾਓ ਮੈਂ ਜਾਇ ਜਾ ਕੇ ਛੋੜ ਦੇ ਮਰ ਲੱਗਾ ਕਿਸ ਲਿਆ ਮੇਰੀ ਗੱਲ ਤੋਂ ਤੂੰ ਜਾਇ ਜਾ ਕੇ ਸੁਣ ਮੈਂ ਜਾਣੇ ਉੱਪਰ बहुत बेबे नू नहीं पता बेबे ले सरप्राइज है तेरा शहर नहीं प्लीज कीप क्वाइट नहीं बनना स्नेहा अपने की गल की होंगी वीडियो बनानी केड़ी
ਚੱਲ ਇੱਕ ਪਿੰਡ ਗੇੜਾ ਲਾਉਨੇ ਆ ਤੂੰ ਚੱਲ ਵਿਕਰਮ ਕੋਨੇ ਆ ਮੁੜਨ ਦਿਆ ਉਹ ਮੇਰਾ ਆ ਕਿਹੜਾ ਏਅਰ ਇੰਡੀਆ ਹਾਂ ਏਅਰ ਇੰਡੀਆ ਨਹੀਂ ਏਅਰ ਕੈਨੇਡਾ ਹਾਂ ਆ ਤੇਰਾ ਜਾਂਦੇ ਸਨੇਹਾ ਵੈਸਟ ਜੈਟ ਇਹਨੂੰ ਕੀ ਆਇਆ ਵਾ ਇਹ ਬਿੰਗ ਹੋ ਗਿਆ ਹੁਣ ਪਲੈਨਿੰਗ ਕੀ ਚੱਲਣ ਦੀ ਵੀਡੀਓ ਦੀ ਲੱਚੇ ਹੀ ਮੇਰੀ ਗੱਲ ਸੁਣੋ ਪਲੈਨਿੰਗ ਕੀ ਚੱਲਣ ਦੀ ਆ ਰੀਲ ਕਿੱਦਾਂ ਬਣਾਣੀ ਆ ਅੱਛਾ ਕੁਝ ਫਨੀ ਕਰਨਾ ਚੱਲ ਇੱਕ ਪਿੰਡ ਕਿਹੜਾ ਲਾਉਨੇ ਆ ਹਾਂ ਉਹ ਭਰਾਵਾ ਮੈਨੂੰ ਕੀ ਪਤਾ ਸੀ ਬੈਗ ਸੁੱਟਨੇ ਓਏ ਕੱਟੇ ਜਾਂਦੇ ਜੇ ਮੈਨੂੰ ਨਹੀਂ ਪਤਾ ਸੀ ਬੈਗ ਸੁੱਟਨੇ ਸੀ ਇਹ ਦੋਨੋਂ ਹੈਗੇ ਆ ਪਾਗਲ ਅਸਲ ਚ ਉਹ ਪਹਿਲਾਂ ਉਹਨਾਂ ਨੇ ਪਾ ਦੇਣੀ ਆ ਬਣਾਉਂਦਿਆ ਵਾ ਪਾਰਟੀ ਤੇ ਨਹੀਂ ਬਣਾਉਂਦਿਆ ਵਾ ਨਹੀਂ ਮੇਰੀ ਗੱਲ ਸੁਣ ਲੈ ਉਹਨਾਂ ਨੂੰ ਕਿਹਾ ਪਲੀਜ਼ ਫਿਲਟਰ ਲਾ ਕੇ ਗਾਣਾ ਲਾ ਦਿਓ ਉਹ ਬਾਈ ਬਣਾਉਂਦਾ ਪਿਆ ਸਾਡੀ ਵੀਡੀਓ ਉਹ ਵੇਖੋ ਲੈ ਸਾਡੇ ਵੱਲ ਕੈਮਰਾ ਕੀਤਾ ਸੀ ਹੁਣ ਆਪਾਂ ਉਹਦੇ ਵੱਲ ਕਰ ਲਿਆ ਸਨੈਪਚੈਟ ਤੇ ਇੰਨਾ ਬਿਜ਼ੀ ਆਪਣੇ ਬੈਗ ਵੇਖ ਲਓ ਕਿੱਥੇ ਪਏ ਆ ਇੰਨਾ ਬਿਜ਼ੀ ਨਹੀਂ ਹੁੰਦਾ ਯਾਰ ਬੈਗ ਤੇ ਢਿੱਲ ਵਾਰਸ ਹੋਏ ਪਏ ਆ ਪਏ ਰਹਿ ਨਹੀਂ ਇੱਥੇ ਡਾਕੂਮੈਂਟ ਪਏ ਚ ਤੂੰ ਲੈ ਕੇ ਆਂਜਲ ਆਪਣੇ ਤਾਲਾ ਵੱਜਾ ਹੋਇਆ ਅੱਛਾ ਤਾਲਾ ਵੱਜਾ ਫੇਰ ਵੀ ਖੋਲ ਜਾਂਦਾ ਵਾ ਖੋਲ ਜਾਂਦਾ ਤੂੰ ਲੈ ਕੇ ਆ ਇੱਧਰ ਸਾਡੇ ਵੇਖਣ ਦੇ ਆ ਇਹ ਹੈ ਇਹ ਕਿੱਥੋਂ ਆਏ ਆ ਦੇਖ ਨਾ ਜਾਵਾਂ ਲੈ ਲੈ ਚਲੋ ਯਾਰ ਚਲੀਏ ਯਾਰ ਤੁਸੀਂ ਤੇ ਪਾਗਲ ਹੈਗੇ ਜੀ ਦੋਵੇਂ ਮੈਂ ਕਿਹਾ ਸਾਨੂੰ ਇੱਡੇ ਇੱਡੇ ਲੋਂਠਿਆਂ ਨੂੰ ਵੇਖ ਕੇ ਨਿਆਣੇ ਵੀ ਪਿੱਛੇ ਹੋ ਗਏ ਪਿੱਛੇ ਨਹੀਂ ਹੋ ਗਏ ਭੱਜ ਗਏ ਆ ਇੰਜ ਤੁਹਾਡੇ ਬੈਗ ਦੇਖੋ ਨਾ ਵਾਰਸ ਸੰਭੂ ਇੱਕ ਆ ਬੈਗ ਆ ਦੋ ਪਏ ਆ ਤੇਰਾ ਹੈਂਡ ਬੈਗ ਤੈਨੂੰ ਨਹੀਂ ਪਤਾ ਲੈ ਉਹ ਵੇਖੋ ਹੈ ਨਹੀਂ ਗਵਾਗੂ ਹੋਣਾ ਨਾ ਬੈਗ ਚਲੋ ਹੁਣ ਚਲੀਏ ਯਾਰ ਜਿਹੜਾ ਆਪਾਂ ਡਾਂਸ ਡੂਸ ਕਰਨਾ ਸੀ ਆਪਣਾ ਜਿਹੜਾ ਚਾ ਲਾਣਾ ਸੀ ਉਹ ਵੀ ਆਪਾਂ ਲਾ ਲਿਆ ਹੁਣ ਆਪਾਂ ਦਿੱਲੀ ਏਅਰਪੋਰਟ ਤੇ ਜਾ ਕੇ ਲਾਵਾਂਗੇ ਚਲੋ ਚਲੀਏ ਚਲੋ ਸਵੇਰ ਦਾ ਕੁਛ ਨਹੀਂ ਖਾਧਾ ਹੁਣ ਆਪਾਂ ਰੋਟੀ ਖੋਲੀ ਆ ਆਪਾਂ ਲੈ ਕੇ ਆਏ ਪਰੋਠੀਆਂ ਤੇ ਨਾਲੇ ਆਪਣਾ ਜਹਾਜ਼ ਆ ਵਾ ਤੇ ਹਾਂ ਇਹੀ ਆ 11 ਵਜੇ ਆਪਣੀ ਕੀ ਫਲਾਈਟ 11 ਵਜੇ ਫਲਾਈਟ ਆ ਆਪਾਂ ਵਧੀਆ ਰਹਿ ਗਏ ਆਪਾਂ ਪਰੋਂਠੀਆਂ ਲੈ ਆਏ ਸਹੀ ਗੱਲ ਆ ਮੈਨੂੰ ਕਿਹਾ ਸੀ ਮੈਨੂੰ ਰਾਤੀ ਕਿਹਾ ਮੈਂ ਪਰੋਂਠੀਆਂ ਲੈ ਆਏ ਨੇ ਫਲਾਈਟ 'ਚ ਖਾਣ ਨੂੰ ਵਧੀਆ ਨਹੀਂ ਗਾ ਮੈਂ ਤਈਓ ਆ ਵੇਖੋ ਕਿੰਨੀਆਂ ਲੈ ਗਿਆ ਖਾਣਾ ਬੁਕਾਰ ਆ ਯਾਰ ਘਰ ਦੀ ਰੋਟੀ ਘਰ ਦੀ ਆ ਫਿਰ ਸਹੀ ਗੱਲ ਆ ਆਪਾਂ ਲੂਣ ਵਾਲੀਆਂ ਪਰੋਂਠੀਆਂ ਬਣਾ ਲਈਆਂ ਸੀ ਇਹ ਵੀ ਸਵਾਦ ਲੱਗ ਰਹੀਆਂ ਇਸ ਟਾਈਮ ਖਾਦੀ ਆਉਂਦੀ ਨਾ ਮਜ਼ਾ ਆਉਂਦਾ ਸੋ ਖਾਣ ਦਾ ਮੈਂ ਤੇ ਇੱਦਾਂ ਹੀ ਖਾਣ ਨੇ ਆ ਦੇਖੋ ਹੁਣ ਆਪਾਂ ਕਰ ਲੱਗੇ ਆ ਐਂਟਰ ਯੈਸ ਸਨੇਹ ਨੂੰ ਬਹੁਤ ਚਾਹ ਵਾ ਐਕਸਾਈਟਮੈਂਟ ਹੋ ਰਹੀ ਆ ਇਸ ਨੇ ਹਾਂ ਤੇ ਬਹੁਤ ਖੁਸ਼ ਆ ਪੈਰ ਨਹੀਂ ਖਲੇ ਲੱਗਦੇ ਸਨੇਹ ਦੀ ਗੱਲ ਮੇਰੀ ਮੂੰਹ ਤੋਂ ਸਮਾਈਲ ਹੀ ਨਹੀਂ ਜਾ ਰਹੀ ਆਪਾਂ ਚੱਲੇ ਆ ਪੰਜਾਬ ਜਿੱਥੇ ਆਪਾਂ ਰਾਜੇ ਆ ਸਹੀ ਗੱਲ ਸੀਟਸ ਆਪਾਂ ਨੂੰ ਲੱਭ ਗਈਆਂ ਹੁਣ ਬੈਗਸ ਰੱਖਦੇ ਪਏ ਆ ਚੱਲਦਾ ਤੇ ਹੈਗਾ ਨਹੀਂ ਆ ਕੀ ਕਰਨਾ ਚਲਾ ਗਿਆ ਆਪਾਂ ਸੋਈਏ ਯਾਰ ਮੈਨੂੰ ਪਲੀਜ਼ ਕੋ ਚਾਰਜ ਚਾਰਜ ਉਹ ਕੀ ਲੱਭਣ ਦੀ ਆ ਕੀ ਚਾਹੀਦਾ ਚਾਰਜਰ ਲੱਭ ਰਹੀ ਆ ਚਾਰਜਰ ਨਹੀਂ ਹੈਗਾ ਭਰਾਵਾ ਮੈਨੂੰ ਪੁੱਛ ਤੈਨੂੰ ਕਿਹ ਪੁੱਛਾ ਤੇਰਾ ਚਾਰਜ ਹੈ ਚਾਰਜਰ ਮੇਰਾ ਚਾਰਜ ਨਹੀਂ ਹੈ ਪਰ ਮੈਨੂੰ ਪਤਾ ਹੈ ਨਾ ਨਹੀਂ ਹੈਗਾ ਇਹਦਾ ਆ ਵਾ ਆਵਲਾ ਪੂਰਾ ਕਿਤੇ ਵਿੰਡੋ ਸੀਟ ਮਿਲ ਗਈ ਆ ਤੇ ਸ਼ਿਆਮ ਭਾਈ ਕਹਿੰਦੇ ਆਂਦੇ ਹੋਏ ਬੈਸੀ ਇੰਡੀਕਾ ਚ ਇੰਡੀਕਾ ਚ ਨਹੀਂ 에ਅਰ ਇੰਡੀਆ ਪਾਗਲੋ ਅਨਪੜੋ ਬਸ ਕਰੋ ਕਿੰਨੀਆਂ ਫੋਟੋ ਖਿੱਚੀਆਂ ਹੈ ਥੋੜੀ ਆਈ ਨਾ ਹਾਂ ਹੈ ਕਿੰਨੀਆਂ ਫੋਟੋ ਖਿੱਚਣੀਆਂ ਜਿੰਨੀਆਂ ਤਾਂ ਸੋਚ ਨਹੀਂ ਸਕਦਾ ਯਾਰ ਠੀਕ ਆ ਆਪਾਂ ਨਾ ਖਿੱਚੀ ਜਾ ਰਹੇ ਆ ਪਰ ਡਰ ਲੱਗ ਰਿਹਾ ਭਲੇਖੇ ਨਾ ਪੈ ਨਾ ਜਾਵੇ ਪਾਵਾਂਗੇ ਬਾਅਦ ਚ ਕੀ ਗੱਲ ਕੀ ਹੋਈ ਹੁਣ ਮੈਂ ਅਗੇ ਕਈਆਂ ਦੇ ਮੂੰਹ ਨੂੰ ਨਾ ਕੁੱਤਾ ਲੱਗਾ ਹਾਂ ਹਰ ਗੱਲ ਤੇ ਬਹੁ ਬਹੁ ਕਰਨਾ ਹੁੰਦਾ ਨਾ ਨੇ ਹਾਂ ਹੈ ਨਾ ਤੇ ਇਹਦੇ ਕੁਝ ਪਸੰਦੇ ਸਾਹਿਬ ਨੇ ਟਰੈਵਲ ਕਰ ਰਹੇ ਨੇ ਤੁਹਾਡੇ ਅੱਗੇ ਪਿੱਛੇ ਦੇ ਤੇ ਬਸ਼ਰਮ ਨੇ ਸਾਨੂੰ ਹੀ ਕਹਿ ਰਿਹਾ ਅੱਜ ਦੇਖ ਰਹੇ ਹੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੋਈ ਗੱਲ ਹੋਈ ਹੈ ਤਾਂ ਕਰਕੇ ਬੋਲਣ ਦੀ ਆ ਤੇ ਨਾਲੇ ਹੁਣ ਬਸ ਕਿਤੇ ਨਹੀਂ ਬਖਸ਼ਦੇ ਕਿਤੇ ਨਹੀਂ ਤੇ ਆਪਾਂ ਵੀ ਕਿਤੇ ਨਹੀਂ ਬਖਸ਼ਦੇ ਭਾਵੇਂ ਹੋਵੇ ਮਾਲ ਭਾਵੇਂ ਹੋਵੇ ਜਹਾਜ਼ ਤੇ ਭਾਵੇਂ ਹੋਵੇ 에ਅਰਪੋਰਟ ਤੇ ਭਾਵੇਂ ਹੋਵੇ ਟ੍ਰੇਨ ਤੇ ਭਾਵੇਂ ਹੋਵੇ ਪੈਦਲ ਭਾਵੇਂ ਪੈਦਲ
ਕਾਦਲ ਆਵੇਂ ਪੈਨਲ ਤੇ ਭਾਵੇਂ ਤੁਹਾਨੂੰ ਆਪਾਂ ਕੱਲ ਨੂੰ ਰੇੜੀ ਤੇ ਜਾਂਦੇ ਮਿਲੀਏ ਹਾਂ ਬਖਸ਼ਣਾ ਤਾਂ ਉੱਥੇ ਵੀ ਨਹੀਂ ਸੋਚ ਕੇ ਬੋਲਿਆ ਕਰੋ ਕਿਉਂਕਿ ਜੇ ਤੁਹਾਡੀ ਜ਼ਬਾਨ ਐਡੀ ਹੈ ਨਾ ਸਾਡੀ ਐਡੀ ਹੈ ਸਾਡੀ ਐਡੀ ਹੈ ਜ਼ਬਾਨ ਨਾਲ ਬੋਲੇ ਨਹੀਂ ਆਪਾਂ ਯਾਰ ਤੁਹਾਨੂੰ ਨਹੀਂ ਪਤਾ ਚਲੋ ਯਾਰ ਛੱਡੋ 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 ਲੀਵ ਇਟ ਲੀਵ ਇਟ ਲੀਵ ਇਟ ਕਹਿੰਦੇ ਜਿਨ੍ਹਾਂ ਦੀਆਂ ਜ਼ਬਾਨਾਂ ਕੌੜੀਆਂ ਹੁੰਦੀਆਂ ਨਾ ਉਹ ਦਿਲੋਂ ਸਾਫ਼ ਹੁੰਦੇ ਜਿੱਦਾਂ ਮੈਂ ਨਹੀਂ ਜਿੱਦਾਂ ਲੋਕੀ ਅੱਛਾ ਜਿੱਦਾਂ ਆਪਾਂ ਆਪਾਂ ਬੇਸ਼ੱਕ ਕਈ ਵਾਰੀ ਸਾਡੀ ਗੱਲ ਕੌੜੀ ਲੱਗਦੀ ਹੈ ਵਲੌਗ 'ਚ ਦੇਖਣ ਵਾਲਿਆਂ ਨੂੰ ਵੀ ਆਪਾਂ ਨਜਾਇਜ਼ ਬੋਲ ਰਹੇ ਹਾਂ ਪਰ ਸਾਡੇ ਦਿਲ ਸਾਫ਼ ਹੈ ਇਸ ਸਾਨੂੰ ਚੁੱਭਦੀ ਹੈ ਲੋਕਾਂ ਦੀ ਕਿਉਂ ਅੱਜ ਆਪਾਂ ਕਿਸੇ ਨੂੰ ਕੁਛ ਨਹੀਂ ਕਹਿ ਰਹੇ ਹਾਸਾ ਮਜ਼ਾਕ ਕਰਦੇ ਹਾਂ ਤਾਂ ਲੋਕੀ ਕਿਉਂ ਟੌਂਟ ਬਾਜ਼ੀ ਕਰਦੇ ਹਾਂ ਹੁਣੇ ਹੋਈ ਆ ਤਈਂ ਤਾਂ ਕਹਿੰਦੇ ਮੈਂ ਹੁਣੇ ਹੋਈ ਤਾਂ ਗੱਲ ਕਰਨ ਦੇ ਚਲੋ ਕੋਈ ਗੱਲ ਚਲੋ ਛੱਡੋ ਬੋਲਿਆ ਕਰੋ ਖੁਸ਼ ਰਹੋ ਜੇ ਹੋਈ ਸੀਗੀ ਤੇ ਫਿਰ ਮੈਂ ਵੀ ਸਿੱਧੀ ਹੋ ਗਈ ਸੀ ਕਿਉਂਕਿ ਫਲਾਈਟ ਚੱਲੀ ਆ ਇੰਡੀਆ ਦੇ ਸਾਰੇ ਚ ਆਪਣੀ ਹੋਮ ਕੰਟਰੀ ਚੱਲੇ ਆ ਮੈਂ ਚਾਹੁੰਦੀ ਆ ਵੀ ਸਾਰੇ ਵਧੀਆ ਖੁਸ਼ ਹੋ ਗਏ ਜਾਂ ਹਾਂ ਪ੍ਰਸ਼ਾਦ ਕੋਈ ਪ੍ਰਸ਼ਾਦ ਨਾ ਲੈ ਕੇ ਜਾਂ ਪ੍ਰਸ਼ਾਦ ਨਾ ਲੈ ਕੇ ਜਾਂ ਪਰ ਮਿਲ ਗਿਆ ਸੀ ਮਿਲ ਗਿਆ ਸੀ ਦਿੱਤਾ ਇੱਕ ਨੂੰ ਦਿੱਤਾ ਕਿਉਂਕਿ ਕਹਿੰਦੇ ਕਈ ਖਾਲੀ ਵੀ ਨਹੀਂ ਮੋੜਨਾ ਚਾਹੀਦਾ ਹਰ ਇੱਕ ਬੰਦੇ ਨੂੰ ਤੋਰ ਪਿਆ ਜੇ ਚਲੋ ਬਾਏ ਬਾਏ ਕੈਨੇਡਾ ਮਿਲਾਂਗੇ ਜਲਦੀ ਮਿਲਾਂਗੇ ਜਲਦੀ ਕਦੀ ਨਾ ਕਦੀ ਚਲੋ ਬਸ ਕਰੋ ਯਾਰ ਤੁਸੀਂ ਰੋਣ ਹੀ ਲੱਭ ਬੰਦੇ ਚੱਕੋ ਪਰੋਠਾ ਚੱਲਦਾ ਨੀ ਪਤਾ ਨੀ ਇਹਨੂੰ ਕੀ ਬਿਮਾਰੀ ਪਈ ਆ ਰਹਿ ਤੇ ਜਾਂਦੇ ਨਾ ਵੇਖ ਇੱਥੇ ਇੱਥੇ ਵੀ ਪੜੀ ਜਾਂਦੀ ਤੇ ਉੱਥੇ ਵੀ ਪੜਦੀ ਆ ਕੀ ਪੜਨ ਨੀ ਆ ਪੜਦੀ ਥੋੜੀ ਪਈ ਆ ਟਾਈਮ ਪਾਸ ਕਰ ਰਹੀ ਆ
ਇਧਰ ਮੀਲ ਆਉਣ ਲੱਗੀ ਹੈ ਹੁਣ ਤੁੰਨੇ ਨੇ ਗੱਲ ਕਰਨੀ ਹੈ ਦਰਿਆ ਹੀ ਪਿਆ ਇਹਨੇ ਅੱਛਾ ਹੋ ਗਿਆ ਮੋਟਰ ਪਤਲੀ ਉਹਦੀ ਤਿਆਰੀ ਕਰ ਗੋਲੀ ਮਾਰ ਦਣੀ ਮੈਂ ਇੱਕ ਮਿੰਟ ਇਹਨੇ ਅੱਛਾ ਮੋਟਰ ਬੋਟਲ ਮੰਗਣੀ ਉਹਦੀ ਤਿਆਰੀ ਕਰੀ ਜਾਂਦਾ ਇਸ ਵਾਰੀ ਆਪਾਂ ਨੌਨ ਵੈਜ ਖਾਵਾਂਗੇ ਮੈਂ ਵੀ ਕਿਉਂਕਿ ਪਿਛਲੀ ਵਾਰੀ ਇਹਨਾਂ ਨੇ ਨੌਨ ਵੈਜ ਲਈ ਪਾਪਾ ਵੈਜ ਤੇ ਨੌਨ ਵੈਜ ਜ਼ਿਆਦਾ ਸਵਾਦ ਹੈ ਉਹਨੇ ਪੁੱਛਿਆ ਮੈਂ ਦੱਸਿਆ ਉਹ ਫਿਰ ਕਹਿੰਦਾ ਨੌਨ ਵੈਜ ਥੈਂਕ ਯੂ ਤੇ ਤੁਸੀਂ ਵੀ ਨੌਨ ਵੈਜ ਹੀ ਖਾਣਾ ਹਾਂਜੀ ਜੀ ਉੱਧਰ ਪਾਸ ਕਰ ਦਿਓ ਨੌਨ ਵੈਜ ਯਾ ਯਾ ਐਂਡ ਐਕਸਟਰਾ ਵਾਟਰ ਬੋਟਲ ਸਾਡੀ ਮੀ ਉਹ ਕੀ ਬਾਤ ਹੈ ਐਂਜਲ ਫਰੂਟ ਆਏ ਆ ਮੈਂ ਸਮਾਨ ਵੀ ਆਇਆ ਯਾਰ ਆ ਕੀ ਹੈ ਸੈਲਡ ਜੇ ਨਾ ਪੋਹਾ ਲੱਗਦਾ ਨਹੀਂ ਚਿੜਵੜੇ ਤੇਲ ਪੂਰੀਆਂ ਲੱਗਣ ਡੀਆਂ ਪੇਪੇ ਉਹ ਜਲੇ ਇੰਡੀਆ ਲੱਗ ਗਿਆ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਰੀਮ ਕਾ ਨਾਲ ਦੇ ਦਿੰਦੇ ਇਹਨੂੰ ਸਬਜ਼ੀ ਚ ਪਾਣਾ ਪੈ ਆਹੋ ਬਾਲੀ ਕਿਉਂ ਹੋਏ ਵਾਟਰ ਬੋਟਲ ਨਹੀਂ ਦਿੱਤੀ ਉਹ ਕਹਿੰਦਾ ਵਾਟਰ ਬੋਟਲ ਨਹੀਂ ਦਿੱਤੀ ਉਹ ਚਾਹ ਉਹ ਲੈ ਗਿਆ ਨਹੀਂ ਉਹਨੇ ਬਸ ਸਮਝੋ ਆਪਾਂ ਪਹੁੰਚ ਹੀ ਗਏ ਆ ਤੇ ਬਸ ਹੁਣ ਲੈਣ ਹੀ ਹੋਣਾ ਇਹ ਤਾਂ ਸੁੱਤੇ ਪਏ ਆ ਟਾਈਮ ਨਹੀਂ ਪਾਸ ਹੋ ਰਿਹਾ ਮੈਂ ਕਿਹਾ ਮੂਵੀ ਦੇਖ ਲੈਂਦੇ ਆ ਇਹ ਵੀ ਵਿਚਾਰੀ ਸੁੱਤੀ ਉੱਠੀ ਆ ਸਨੇਹਾ ਫਾਈਨਲੀ ਆਪਾਂ ਕਰ ਚੁੱਕੇ ਆ ਐਂਟਰ ਇੰਡੀਆ ਕਰ ਚੁੱਕੇ ਆ ਹਾਂ ਹੁਣ ਤਾਂ ਲੈਂਡ ਹੀ ਹੋਣਾ ਮੈਨੂੰ ਲੱਗ ਰਿਹਾ ਮੈਪ ਦੇ ਅਕੋਰਡਿੰਗ ਤਾਂ ਪਹੁੰਚ ਹੀ ਗਏ ਇੱਕ ਹਿਸਾਬ ਦੇ ਹਾਰਡਲੀ 20 ਮਿੰਟ 15 20 ਮਿੰਟ ਦਾ ਰਹਿ ਵਾ ਉਧਰੋ ਗਏ ਉਧਰੋ ਉੱਠਰੇ ਨੇ ਨੇ ਉੱਠ ਜਾ ਘਰ ਆ ਗਿਆ ਤੇ ਇੱਕ ਹੋਰ ਮੀਲ ਆ ਗਈ ਆ ਤੇ ਆਪਾਂ ਲੈਂਡ ਵੀ ਹੋਣ ਵਾਲੇ ਆ ਲੈਂਡਿੰਗ ਸ਼ਾਰਟਲੀ ਹੱਲੇ ਨਹੀਂ ਹੋ ਰਿਹਾ ਇਹ ਦਰਦ ਹੋ ਲੱਪੀ ਆ ਇਹਦੇ ਕੰਨ ਦਰਦ ਹੁੰਦੇ ਆ ਓ ਠੀਕ ਆ ਪ੍ਰੋਟੈਕਟ ਕਰ ਰਹੀ ਹੋ ਮੈਂ ਨਾ ਪੂਰੀ ਵੋਲਿਊਮ ਕੀਤੀ ਆ ਮੇਰੇ ਫਿਰ ਵੀ ਦਰਦ ਹੋ ਰਿਹਾ ਮੇਰੇ ਨਹੀਂ ਹੁੰਦਾ ਯਾਰ ਤੁਹਾਡੇ ਹੁੰਦੇ ਕੁੜੀਆਂ ਦੇ ਕਈਆਂ ਕੁੜੀਆਂ ਦੇ ਜ਼ਿਆਦਾਤਰ ਕੁੜੀਆਂ ਦੇ ਹੁੰਦੇ ਆ ਮੈਂ ਵੇਖਿਆ ਮੁੰਡੇ ਦੇ ਮੈਂ ਵੇਖਿਆ ਨਹੀਂ ਇਸ ਵਾਰੀ ਨਹੀਂ ਹੋ ਰਹੇ ਦੇਖਣ ਲੱਗ ਪਿਆ ਆਇਓ ਆ ਵੇਖ ਯਾਰ ਜਲਦੀ ਜਲਦੀ ਲੈਂਡ ਹੋਵੇ ਜਿੱਦਾਂ ਹੀ ਲੈਂਡ ਹੋ ਜਾਂਦਾ ਨਾ ਫਿਰ ਮੇਰੇ ਕੰਨ ਆਪੇ ਸਹੀ ਹੋ ਜਾਂਦੇ ਆ ਬਹੁਤ ਸਕੂਨ ਮਿਲਦਾ ਪਿਆ ਬਹੁਤ ਜ਼ਿਆਦਾ ਬੇਬੇ ਮੈਂ ਆ ਗਈ ਬਸ ਇਕੱਠੇ ਹੋ ਨਾ ਕਰੋ ਸਾਰੇ ਵੇਖ ਲਾ ਪਏ ਯਾਰ ਪਾਗਲ ਹੈਗੇ ਦੋਵੇਂ ਬਹੁਤ ਟਾਈਮ ਨੂੰ ਦੱਸ ਇਹ 2 ਸਾਲ ਆ ਗਿਆ ਜਿੱਦਾਂ ਕੀ ਕਹਿੰਦੀ ਆਂਟੀ ਆਂਟੀ ਕਹਿੰਦੀ ਜੀ ਲਾ ਕੇ ਰੱਖਿਆ ਵੈਰੀ ਗੁੱਡ ਮੇਰੇ ਬੱਚੋ ਵੈਰੀ ਗੁੱਡ ਚੰਗੇ ਰਹੋ 15 ਘੰਟੇ ਦੀ ਫਲਾਈਟ ਸੀਗੀ ਜੀ ਲੱਗਾ ਰਿਆ ਤੁਸੀਂ ਵਾਧੂ ਨੂੰ ਲਗਾਇਆ ਲੋ ਜੀ ਲੈਂਡ ਹੋਣ ਲੱਗੇ ਆ ਬਸ ਹੈ ਸਰੀ ਵਰਗੇ ਲੱਗਣ ਦੇ ਉੱਪਰੋਂ ਆ ਵੀ ਓਏ ਓਏ ਧਿਆਨ ਨਾ ਜਿੱਥੇ ਸਾਨੂੰ ਕੱਢ ਦਿੱਤਾ ਗਿਆ ਸੀ ਫੇਰ ਆਪਾਂ ਉੱਥੇ ਹੀ ਆ ਗਏ ਪਰ ਆਪਾਂ ਇੱਥੇ ਰਾਜੇ ਆ ਆਪਾਂ ਜਦੋਂ ਮਰਜ਼ੀ ਆਈਏ ਇੱਥੋਂ ਨਿਕਲ ਕੇ ਜਿੱਥੇ ਗਏ ਸੀ ਉੱਥੋਂ ਵੀ ਸਾਨੂੰ ਕੱਢ ਦਿੱਤਾ ਗਿਆ ਹੁਣ ਆਪਾਂ ਪਹੁੰਚ ਗਏ ਆ ਇੰਡੀਆ ਅਸੀਂ ਆਪਾਂ ਘਰਦਿਆਂ ਨੂੰ ਕਿਹਾ ਸੀਗਾ ਕਿ ਆਪਾਂ ਕੈਲਗਰੀ ਚੱਲਨੇ ਆ ਕਿਉਂਕਿ ਸਾਨੂੰ ਕੋਈ ਕੰਮ ਹੈਗਾ ਵਾ ਤੇ ਆਪਾਂ ਕੈਲਗਰੀ ਜਾਣਾ ਵਾ 2-3 ਦਿਨ ਵਾਸਤੇ ਸੋ ਉਹਨਾਂ ਨੂੰ ਇਹੀ ਹੈ ਕਿ ਆਪਾਂ ਜਾਂਦੇ ਪਏ ਆ ਸੋ ਇਸ ਕਰਕੇ ਆਪਾਂ ਗੱਲ ਹੀ ਕੀਤੀ ਪਹੁੰਚ ਗਏ ਚਲੋ ਚੱਲੀਏ ਹੁਣ ਆਪਾਂ ਕਹਿੰਦੇ ਉੱਥੇ ਹੀ ਆ ਗਏ ਜਿੱਥੋਂ ਸਾਨੂੰ ਕੱਢ ਦਿੱਤਾ ਗਿਆ ਸੀ ਫੇਰ ਉੱਥੇ ਆ ਗਏ ਸਾਨੂੰ ਉਧਰੋਂ ਵੀ ਕੱਢਤਾ ਸੀ ਇਧਰੋਂ ਵੀ ਕੱਢਤਾ ਹਾਂ ਹੁਣ ਨਵਾਂ ਦੇਸ਼ ਬਣਾਇਆ ਜਾਊਗਾ
थ्री टू वन पहुंच गए हैं, पहुंच गए इतों वाला था। सो ये यार एक मिनट मेरी गल सुनो, मैं जब एक बार तो बाहर निकला ना, प्लीज एक जना ब्लॉग देख, जना स्नैपचैट ऑन रखियो, मैं ना कुछ दिखाना करनी है, मैं हुणे दिखा देना। रिस्पेक्ट फॉर दिस अर्थ। जय हो, मैं पहुंच गया, आ देखो गल्ला पहुंच गया। हां तू ही पागल है गया, मैं नहीं रोला पाया इन्हों, मैं पंप दिता, मैं एक री रोला पा दो, दोवा ने पाता, मैं आ गया रौनक हूं पहुंच गई है, जो नहीं है साल हो गया शांति पे आसी आ गया, फिर काके नहीं टलिया काका दे आ गया, जड़े इथे सारे देखन दे, ओ उना दूरों पर लगन दे, कोई ना कोई आउन दे, जल्दी आयो लगे जी भी लेने हल्ले, मम्मी मैं पहुंच गया मम्मा ने तानू नहीं पता पर आपा पहुंच गए, आपा पहुंच गए मम्मी, मम्मी ने व्लॉग देख के शौक होया ना, सही बात है, मैनू वधिया लगदी, मैं उत्थे सोच गया कि अहीं ते नहीं गया, ਆਪਾਂ ਦੋਨੋਂ ਪਾਪਾ ਵਾਸਤੇ, ਸਨੇਹਾ ਦੇ ਪਾਪਾ ਵਾਸਤੇ ਤੇ ਇੱਧਰ ਵੀ ਲੈਂਦੇ ਪਿਆ ਕੁਝ ਸਪੈਸ਼ਲ ਗਿਫਟ, ਪਾਪਾ ਵਾਸਤੇ ਕੁਝ ਸਪੈਸ਼ਲ ਗਿਫਟ ਲਿੱਤਾ ਸਨੇਹਾ ਨੇ ਵੀ ਆਪਣੇ ਪਾਪਾ ਵਾਸਤੇ, ਸੋਚਿਆ ਸੀ ਕਿ ਮੈਂ ਦਿੱਲੀ ਤੋਂ ਹੀ ਲਵਾਂਗਾ, ਉੱਥੋਂ ਵੀ ਲੈਣਾ ਸੀ, ਦਿੱਲੀ ਤੋਂ ਵੀ ਲੈਣਾ ਸੀ, ਉਹੀ ਰੇਟ ਤੇ ਆ ਸੇਮ, ਆਪਾਂ ਕੀ ਲਿੱਤਾ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਜਦੋਂ ਪਾਪਾ ਓਪਨ ਕਰਨਗੇ, ਸੋ ਪਾਪਾ ਹੋਣਾ ਵਾਸਤੇ ਆਪਾਂ ਗਿਫਟ ਲੈ ਲਿਆ ਹੋਇਆ ਵਾ, ਤੇ ਪਾਪਾ ਹੋਣਾ ਨੇ ਹੋਇਆ ਨਾ ਅੱਜ ਖੁਸ਼, ਇਹ ਪਤਾ ਨਹੀਂ ਕਿਹੜੇ ਬੇਅਕਲ ਨੇ ਟੱਚ ਹੀ ਲਾਇਆ, ਸਾਰਾ ਤੋੜ ਦਿੱਤਾ, ਪਤਾ ਨਹੀਂ ਸੁੱਟਦੇ ਆ ਕਿੱਦਾਂ ਲਾਇਆ, ਪਤਾ ਨਹੀਂ ਕਿਹਨੇ ਉਧਰੋਂ ਚੜਾਇਆ ਕਿ ਪਤਾ ਨਹੀਂ ਕੀ ਕੀਤਾ, ਅਕਲ ਹੀ ਨਹੀਂ ਹੈਗੀ, ਸੁੱਟਦੇ ਆ ਸਾਰਾ, ਦੇਖੋ ਵੀਡੀਓ ਤੁਸੀਂ ਚੱਕ ਚੱਕ ਕੇ ਮਾਰਦੇ ਆ, ਸਹੀ ਗੱਲ ਆ, ਸਾਰਾ ਬਾਕੀ ਸਾਰੇ ਆਪਣੇ ਸਹੀ ਆ, ਸਾਰਾ ਤੋੜ ਦਿੱਤਾ ਵਾ, ਕੋਈ ਨਹੀਂ ਆਪਾਂ ਦੇਖਦੇ ਆ ਹੁਣ ਇੱਥੇ ਕਹੀਏ ਵੀ ਕਿੰਨੂੰ ਕੀ, ਟੱਚ ਹੀ ਟੁੱਟਾ ਸੀ ਉਹਦੀ ਕੰਪਲੀਟ ਹੁੰਦੀ ਪਈ ਆ, ਤੇ ਸਾਨੂੰ ਪੈਸੇ ਵੈਸੇ ਮਿਲ ਜਾਣੇ ਆ, ਗੁੱਸਾ ਆ ਰਿਹਾ, ਗੁੱਸਾ ਨਹੀਂ ਕਰੀਦਾ ਹੁੰਦਾ, जोर जोर दी मार देना ओदे करके आ सारा तोड़ देना, टूट गया पुराना टूटेगा तो ये मुझे न्यू लेके देंगे, इसको डाले नहीं तो इन्होंने मुझे, हाँ जी लोग ना रहे हैं, इन्होंने मुझे कनाडा पुराने टैक्सी के साथ ही ले जाना था, अब ये मुझे न्यू ब्रांडेड लेके देंगे, ठीक है थैंक यू इसके लिए, बाय इसके लिए, मैं क्या पुराना टैक्सी आपने तोड़ दिया, अच्छा किया अब ये मुझे न्यू लेके देगा, ओहो स्नेहा कितना ना फील हो रहा, एक मिनट रुक जा, हाय ओए रिस्पेक्ट, सही गल है, नहीं यार अपनी कंट्री आपां जदों मर्जी इत्थे आ सकदे आ, स्नेहा बुलाना कदों दस यार, आपां इत्थों दे जम्मे पले आ यार, पता ही है वी कदी वी नहीं आ सकदे, बाकी साडे टैक्सी वाले भाजी आ गए आ, टैक्सी वाले भाजी अपने आ गए सीगे ते हुण आपां गड्डी च अपने सारे टैक्सी रखदे आ ते फिर आपां चलिए, किद्दां दा फील हो रिहा बाहर निकल के, नो वर्ड्स बहुत देर बाद किसी ने सानू कहा कि तुसी बैठो आपां तुहाडे बैग रख दे,
हर जगह कर दें नंबर दिता है थले ਜਰੂਰ ਜਾ ਕੇ ਫੋਲੋ ਕਰਿਓ ਤੇ ਸਰਵਿਸਿਜ਼ ਟ੍ਰਾਈ ਕਰੋ ਬਹੁਤ ਬਹੁਤ ਜ਼ਿਆਦਾ ਵਧੀਆ ਹੁਣ ਆਪਾਂ ਸਰਪ੍ਰਾਈਜ਼ ਦਿੰਦੇ ਪਿਆ ਘਰੇ ਸਾਨੂੰ ਕੋਈ ਲਾਡ ਨਹੀਂ ਆਇਆ ਤੇ ਭਾਜੀ ਨੇ ਸਾਡੀ ਮਦਦ ਕੀਤੀ ਥੈਂਕ ਯੂ ਭਾਜੀ ਭਾਈ ਲਵ ਹੈ ਜਿੰਨਾ ਜਿੰਨਾ ਨੇ ਇਦਾਂ ਸਰਪ੍ਰਾਈਜ਼ ਦੇਣਾ ਕੋਈ ਨਹੀਂ ਲੈਣਾ ਹੋਗਾ ਭਾਜੀ ਸਾਡੇ ਕੰਮ ਆਣਗੇ ਭਾਜੀ ਜਰੂਰ ਆਉਗੇ ਤੁਹਾਨੂੰ ਲੈਣਗੇ ਪੇਜ ਨੂੰ ਫੋਲੋ ਕਰ ਲਿਓ ਨਾਲੇ ਫੋਨ ਨੰਬਰ ਵੀ ਦਿੱਤਾ ਆ ਤੇ ਜਰੂਰ ਲਿਖ ਲਿਓ ਆਪਾਂ ਨਹੀਂ ਆਣਾ ਯਾਰ ਕਿੱਥੇ ਤੇ ਲਈ ਏਡੀ ਆਪਾਂ ਟੈਕਸੀ ਕਰਾਈਏ ਕੈਬ ਕਰਾਈਏ ਫਿਰ ਜਾਣਾ ਪੈਣਾ ਪਰ ਭਾਈ ਆਉਗੇ ਭਾਈ ਜਰੂਰ ਆਉਗੇ ਚਲੋ ਚਲੀਏ ਹੁਣ ਦੇਖੋ ਟੈਕਸੀ ਦੇ ਨਾਲ ਨਾਲ ਚਿਪਸ ਕੋਕ ਪਿੱਛੇ ਪਈ ਆ ਮਾਨ ਵਾਈਫਾਈ ਫ੍ਰੀ ਕਹਿੰਦੇ ਪਏ ਵਾਈਫਾਈ ਵੀ ਹੈਗਾ ਕਹਿੰਦੇ ਸਾਰੇ ਰਸਤੇ ਵਾਈਫਾਈ ਚਲਾ ਕੋਈ ਫ੍ਰੀ ਨਹੀਂ ਤੂੰ ਬਹੁਤ ਦੇ ਤੋ ਪਹਿਲੇ ਨਹੀਂ ਨਹੀਂ ਕਰ ਰਹੀ ਆ ਯਾਰ ਫ੍ਰੀ ਹੈ ਪਰ ਜਿਹੜਾ ਅੱਜ ਜਦ ਵੇਖ ਕੇ ਮਨ ਖੁਸ਼ ਹੋ ਗਿਆ ਨਾ ਨਹੀਂ ਸਾਰੇ ਵਾਈਫਾਈ ਦੇ ਅੰਦਰ ਅੱਜ ਵੀ ਵੀਰ ਨਾਲ ਚਿਪਸ ਰੱਖਦੇ ਨਾ ਤੁਹਾਨੂੰ ਐਰਪੋਰਟ ਵਾਲੇ ਵਾਈਫਾਈ ਨਹੀਂ ਦਿੱਤਾ ਤੂੰ ਹੀ ਦਿੱਤਾ ਬਹੁਤ ਖੁਸ਼ੀ ਹੋਈ ਅੱਜ बहुत देर बाद कोई फ्री दी चीज मिली है नहीं तो डॉलर दे दे पागल हो गई मैं चज दे लोग है घटो घट जगह तो आए जगह ते आए लोग सप तो भी जहरी सप्पा तो भी जहरी मजाक नहीं करनी सच है यार जलंधर पहुंच गए क्या बात क्या बात रोला बड़ा पाया है जी लगा भाई चलो सफर निकल गया बस हम थोड़ी देर च स्नेहा दा घर आए ना ਸੁਨੇਹਾ ਦੀ ਫਰੈਂਡ ਆ ਉਹ ਜਾਂਦੇ ਪਏ ਪਹਿਲਾਂ ਕੇਕ ਲੈ ਕੇ ਤੇ ਫੇਰ ਆਪਾਂ ਐਂਟਰ ਕਰਾਂਗੇ ਸ਼ੋਭਾਈ ਨੂੰ ਅੰਦਰ ਬੈਠੋ ਪਲੀਜ਼ ਆਹੋ ਯਾਰ ਉਹਨਾਂ ਨੂੰ ਨਾ ਵੇਖ ਲੈਣ ਦੇਹੂ ਇੱਥੇ ਪਾਪਾ ਬਾਹਰ ਹੈ ਪਾਪਾ ਬਾਹਰ ਆ ਗਏ ਇਹਦੇ ਉਹ ਵੀ ਕਹਿੰਦੇ ਕਿਹੜਾ 2 ਵਜੇ ਆਇਆ ਅੱਧੀ ਰਾਤੀ ਸਿੰਘ ਆਂਟੀ ਜੀ ਬਹੁਤ ਬਹੁਤ ਮੁਬਾਰਕਾਂ ਕਿੱਦਾਂ ਲੱਗਾ ਸਰਪ੍ਰਾਈਜ਼ ਵਧੀਆ ਆਂਟੀ ਸਰਪ੍ਰਾਈਜ਼ ਕਿੱਦਾਂ ਦਾ ਲੱਗਾ ਬਹੁਤ ਜ਼ਿਆਦਾ ਮੇਰੀ ਜ਼ਿੰਦਗੀ ਦਾ ਸਭ ਤੋਂ ਅੱਛਾ ਸਰਪ੍ਰਾਈਜ਼ ਹਾਏ ਭੁੱਖ ਲੱਗੀ ਸੀਗੀ ਤੇ ਆਪਾਂ ਹੁਣ ਖਾਣ ਲੱਗੇ ਆ ਪਾਸਤਾ ਇਹ ਗਿਆ ਪਾਸਤਾ ਯਾਰ ਬਹੁਤ ਟਾਈਮ ਬਾਅਦ ਕਿਸੇ ਨੇ ਇਦਾਂ ਸਾਨੂੰ ਪਾਸਤਾ ਦਿੱਤਾ ਚਲੋ ਖਾ ਲਓ ਬਾਅਦ ਮੈਂ ਤੁਹਾਡੇ ਲਈ ਨਹੀਂ ਬਾਰੀ ਠੀਕ ਹੈ ਬਹੁਤ ਟਾਈਮ ਬਾਅਦ ਉੱਥੇ ਆਪਾਂ ਸੋਦੇ ਸੀ ਯਾਰ ਕੋਈ ਤਾਂ ਆ ਕੇ ਦੇ ਦੇਵੇ ਆ ਲਓ ਖਾ ਲਓ ਚਲੋ ਹੁਣ ਆਪਾਂ ਖਾਈਏ